ਪੰਜਾਬ ਵਿਧਾਨ ਸਭਾ ਇਜਲਾਸ ਦਾ ਚੌਥਾ ਦਿਨ ਵੀ ਹੰਗਾਮੇਦਾਰ ਰਹਿਣ ਦੇ ਅਸਾਰ ਅੱਜ ਰਾਜਪਾਲ ਦੇ ਭਾਸ਼ਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ਨੂੰ ਕਰਨਗੇ ਸੰਬੋਧਨ ਕਿਸਾਨ ਕਰਜ਼ ਮਾਫੀ ਟਰਾਂਸਪੋਰਟ ਮਾਈਨਿੰਗ ਮਾਫੀਆ ਸਮੇਤ ਕਈ ਮੁੱਦਿਆਂ ਤੇ ਰੱਖਣਗੇ ਸਰਕਾਰ ਦਾ ਪੱਖ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ ਕੱਲ੍ਹ ਨੂੰ ਪੇਸ਼ ਹੋਣ ਵਾਲਾ ਸਾਲਾਨਾ ਬਜਟ ਹੋਵੇਗਾ ਬੈਠਕ ਦਾ ਏਜੰਡਾ ਪੰਜਾਬ ਵਿੱਚ ਦਲਿਤਾਂ ਤੇ ਹੁੰਦੇ ਅਤਿਆਚਾਰ ਦੇ ਮੁੱਦੇ ਤੇ ਅੱਜ ਬੀਜੇਪੀ ਦਾ ਐਸਸੀ ਵਿੰਗ ਕਰੇਗਾ ਵਿਧਾਨ ਸਭਾ ਦਾ ਘੇਰਾਵ ਪੰਜਾਬ ਬੀਜੇਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਵਿਧਾਨ ਸਭਾ ਦਾ ਪਾਰਟੀ ਵਿਧਾਨ ਸਭਾ ਤੱਕ ਪਾਰਟੀ ਕੱਢੇਗੀ ਮਾਰਚ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਦੇ ਵਿਗੜੇ ਬੋਲ ਡਿਪਟੀ ਕਮਿਸ਼ਨਰ ਸਮੇਤ ਪੁਲਿਸ ਅਫਸਰਾਂ ਨੂੰ ਸਰੇਆਮ ਧਮਕੀ ਕਿਹਾ ਸੁਧਰ ਜਾਓ ਨਹੀਂ ਤਾਂ ਸੱਤਾ ਵਿੱਚ ਵਾਪਸ ਆਉਂਦੇ ਹੀ ਕਰਾਂਗੇ ਪੂਰਾ ਹਿਸਾਬ ਕਿਤਾਬ ਰੈਲੀ ਵਿੱਚ ਸੰਬੋਧਨ ਕਰਦਿਆਂ ਦੇ ਰਹੇ ਨੇ ਧਮਕੀ ਵੀਡੀਓ ਹੋਇਆ ਵਾਇਰਲ ਕਾਂਗਰਸ ਨੇ ਚੁੱਕੇ ਸਵਾਲ ਤਾਂ ਬਲਟੋਹਾ ਨੇ ਕਿਹਾ ਧਮਕੀ ਨਹੀਂ ਦਿੱਤੀ ਸਿਰਫ ਸੁਚੇਤ ਕੀਤਾ ਸ਼ਿਮਲਾ ਨਗਰ ਨਿਗਮ ਵਿੱਚ ਜੇਤੂ ਕੌਂਸਲਰ ਅੱਜ ਚੁੱਕਣਗੇ ਅਹੁਦੇ ਦੀ ਸਹੁੰ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦੀ ਵੀ ਉਮੀਦ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਨਜ਼ਰਬੰਦੀ ਨੂੰ ਲੈ ਕੇ ਲਾਹੌਰ ਹਾਈਕੋਰਟ ਅੱਜ ਸੁਣਾਏਗਾ ਫੈਸਲਾ ਹਾਫਿਜ਼ ਤੇ ਦੇਸ਼ ਦੀ ਸੁਰੱਖਿਆ ਖਿਲਾਫ਼ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਹਾਫਿਜ਼ ਨੇ ਕਿਹਾ ਨਵਾਜ਼ ਸਰਕਾਰ ਨੇ ਅਮਰੀਕਾ ਤੇ ਭਾਰਤ ਨੂੰ ਖੁਸ਼ ਕਰਨ ਲਈ ਮੈਨੂੰ ਕੀਤਾ ਹੈ ਨਜ਼ਰਬੰਦ ਚੈਂਪੀਅਨਸ ਟਰਾਫੀ ਵਿੱਚ ਭਾਰਤ ਦੀ ਹਾਰ ਦੇ ਬਾਅਦ ਕਸ਼ਮੀਰ ਵਿੱਚ ਕਈ ਥਾਈਂ ਜਸ਼ਨ ਮੰਨਿਆ ਵੱਖਵਾਦੀ ਆਗੂ ਮੀਰ ਵਾਇਜ਼ ਉਮਰ ਫਾਰੂਕ ਨੇ ਪਾਕਿਸਤਾਨ ਨੂੰ ਦਿੱਤੀ ਵਧਾਈ ਟਵੀਟ ਵਿੱਚ ਲਿਖਿਆ ਚਾਰੇ ਪਾਸਿਓਂ ਪਟਾਕਿਆਂ ਦੀ ਆਵਾਜ਼ ਆ ਰਹੀ ਹੈ ਅਜਿਹਾ ਲੱਗ ਰਿਹਾ ਹੈ ਈਦ ਆ ਗਈ ਹੈ ਵਧਾਈ ਦੇਵੋ ਪਾਕਿਸਤਾਨ ਨੂੰ